ਦ ਐਨਾਲਾਈਟ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਾਰਟੀ ਵਿੱਚ ਹਲਚਲ ਮਚ ਗਈ ਹੈ। ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਨਕਦੀਪ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਕੇ ਇੱਕ ਆਡੀਓ ਜਾਰੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਆਡੀਓ ਵਿੱਚ ਭਗਵੰਤ ਮਾਨ ਕਿਸੇ ਬੰਦੇ ਨਾਲ ਫੋਨ ਤੇ ਗੱਲਬਾਤ ਕਰ ਰਹੇ ਹਨ ਅਤੇ ਆਪਣੀ ਪਾਰਟੀ ਦੇ ਨੇਤਾ SH ਦਾ ਪੁਤਲਾ ਫੂਕਣ ਦੇ ਆਦੇਸ਼ ਦੇ ਰਹੇ ਹਨ। ਇੰਨਾ ਹੀ ਨਹੀਂ, ਉਹ ਇਸ ਵੀਡੀਓ ਵਿੱਚ ਅਰਵਿੰਦਰ ਕੇਜਰੀਵਾਲ ਦਾ ਹਵਾਲਾ ਦੇ ਕੇ ਇਹ ਸਭ ਕਰਨ ਲਈ ਕਹਿ ਰਹੇ ਹਨ। ਅਸੀਂ ਜੀ ਬਾਘਾ ਪੁਰਾਣਾ ਤੋਂ ਤੁਹਾਨੂੰ ਮਿਲਣਾ ਸੀ ਮੋਗੇ, ਤੁਸੀਂ ਕਹਿੰਦੇ ਅੱਜ ਮੋਗੇ ਤੁਹਾਡਾ ਕੈਂਸਲ ਹੋ ਗਿਆ ਜੀ। ਨਹੀਂ ਜੀ, ਅਸੀਂ ਤੁਹਾਨੂੰ ਇਸ ਰਸਤੇ ਚ ਨੀ ਮਿਲਣਾ, ਰਹਿ ਤਾਂ ਅਸੀਂ ਆ ਗਈ ਹੁਣ ਆ ਜਾਂ ਨਹੀਂ ਤੁਰ ਪੈਂਦੇ। ਥੋੜੀ ਧਿਆਨ ਨਾਲ ਸੁਣ ਲਓ ਜੀ, ਸਾਨੂੰ ਵਿਰੋਧ ਕਰਨ ਤਾਂ ਹੀ ਫਾਇਦਾ ਜੀ, ਸਾਡਾ ਹੱਲ ਹੋਊਗਾ ਤਾਂ ਜੀ। ਹੋਰ ਪਤਾ ਕੀ ਹੈ ਜੀ, ਵਿਰੋਧ ਕਰੋਗੇ ਤਾਂ ਹੀ ਹੋਊਗਾ ਨਾ ਹੱਲ, ਪ੍ਰੈਸ਼ਰ ਤਾਂ ਪਾਓ ਨਾ ਸਾਡੇ ਤੇ। ਪ੍ਰੈਸ਼ਰ ਤੁਹਾਡੇ ਤੇ ਫੁੱਲ ਪਾਈਆਂ ਜੀ, ਅਸੀਂ ਨਾ ਫਿਰ ਵੀ ਤੁਸੀਂ ਜਦ ਕਿਹਾ ਸੀ ਰੈਲੀ ਚ ਨਾ ਕੁਛ ਕਰਿਓ, ਅਸੀਂ ਫਿਰ ਵੀ ਬਹੁਤ ਮਤਲਬ ਰੈਲੀ ਚ ਨਾ ਕੁਛ ਕਰੋ, ਫਿਰ ਜੋ ਨੈਸ਼ਨਲ ਕਨਵੀਨਰ ਨੇ ਕਿਹਾ ਮੈਨੂੰ, ਮੈਂ ਹੁਣੇ ਗੱਲ ਕਰਕੇ ਆਇਆ ਉਹਨਾਂ ਨਾਲ। ਹਾਂਜੀ, ਕਹਿੰਦੇ ਵੀ ਜੇ ਮੇਰਾ ਵਿਰੋਧ ਕਰਾਉਂਗੇ ਫਿਰ ਪੰਗਾ ਪੈ ਜਾਊਗਾ, ਫਿਰ ਟਿਕਟ ਪੱਕੀ ਹੋ ਜੂ ਜਮਾ ਹਰਿਓ, ਕਿਉਂਕਿ ਉਹ ਕਹਿੰਦੇ ਵੀ ਪਤਾ ਨੀ ਜਾਣ ਕੇ ਆਪਦਾ ਕਰਾ ਕੇ ਸਾਡਾ ਟਿਕਟ ਕਰਦੇ ਨੇ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਨਾ ਤੁਹਾਡਾ ਵਿਰੋਧ ਹੋਵੇ ਨਾ ਹੋਵੇ ਕੇਜਰੀਵਾਲ ਸਾਹਿਬ ਦਾ, ਫੂਲਕੇ ਦਾ ਤੇ ਤੁਸੀਂ ਦੇਖ ਹੀ ਲੈ, ਕੱਲ ਕੰਗ ਭਲੂਰੋ ਫੇਰ ਭਜਾਇਆ ਬਾਈ, ਦੱਸਿਆ ਮੈਂ ਹਜੇ ਤੱਕ ਕਹਿੰਦੇ ਪਿੰਡਾਂ ਚ ਵੜ ਨੀ ਦਿੰਦੇ, ਪਤਾ ਕਿਆ ਉਹਨਾਂ ਦਾ ਕੋਈ ਕਸੂਰ ਨੀ ਯਾਰ, ਉਹ ਬਲੈਕਮੇਲ ਕਰਦੇ ਆ ਯਾਰ। ਬਲੈਕਮੇਲ ਮਾਨ ਸਾਹਿਬ, ਤੁਸੀਂ ਦੇਖੋ ਤੁਹਾਡੇ ਕੋਲ ਬੰਦੇ ਦੋ ਬੈਂਸ ਹੋਣੀ ਹੋਰ ਆ ਗਿਆ ਜੀ, ਤੁਸੀਂ ਅਸੀਂ ਸਿੱਖ ਵਿਰੋਧੀ ਦਾ, ਤੁਸੀਂ ਇਹਨੂੰ ਕਹਿੰਦੇ ਸਾਨੂੰ ਧਮਕੀ ਦਿੰਦਾ ਜੀ ਇਹ, ਤੇ ਅਸੀਂ ਧਮਕੀਆਂ ਦਿੰਦੇ ਆ ਅਸੀਂ ਜਾਂ ਕੇਜਰੀਵਾਲ ਸਾਹਿਬ ਨੂੰ ਧਮਕੀ ਦਿੰਦੇ ਆ। ਮੈਂ ਤੁਹਾਨੂੰ ਇੱਕ ਆਈਡੀਆ ਹੋਰ ਦੱਸਾਂ ਜੀ, ਮੇਰਾ ਆਈਡੀਆ ਚੱਲ ਵੈਸੇ ਮੈਂ ਬਹੁਤ ਛੋਟਾ ਜੀ, ਮੈਂ ਬਹੁਤ ਛੋਟਾ, ਪਤਾ ਕੀ ਗੱਲ, ਜਿਵੇਂ ਤੁਸੀਂ ਹੁਣ ਪਾਰਟੀ ਚ ਵੱਡੇ ਚਿਹਰੇ ਥੋੜੇ ਆ ਤੁਸੀਂ ਨਾ ਜੀ, ਤੁਸੀਂ ਹੋਗੇ ਗੁਰਪ੍ਰੀਤ ਘੁੱਗੀ ਹੋਗੇ, ਫੂਲਕੇ ਸਾਹਿਬ ਨੂੰ ਵੱਡਾ ਚਿਹਰਾ ਲਿਆਓ ਜੀ, ਇਹਨੂੰ ਕੈਪਟਨ ਦੇ ਬਰਾਬਰ ਦਿਓ ਸੀਟ, ਤੇ ਗੁਰਵਿੰਦਰ ਕੰਗ ਨੂੰ ਇਹਦੇ ਹਲਕੇ ਚ ਦਿਓ, ਇਹਨੂੰ ਕਹੇ ਫੇਰ ਪਤਾ ਲੱਗਦਾ ਜੀ ਦੂਜੇ ਹਲਕੇ ਦੀ ਸੀਟ ਜਿਹੜੀ ਕੱਟ ਕੇ। ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਨਾ ਜੀ, ਤੁਹਾਨੂੰ ਤਾਂ ਪਾਸੇ ਹਲਕੇ ਚ ਭੇਜਤਾ ਜੀ, ਮਾਨ ਸਾਹਿਬ ਰਿਸਕ ਤੁਹਾਡਾ ਬਹੁਤ ਜ਼ਿਆਦਾ ਵੱਡਾ, ਤੁਸੀਂ ਮੁੱਖ ਮੰਤਰੀ ਦੇ ਦਾਅਵੇਦਾਰ ਤੇ ਭਗਤ ਸੁਖਬੀਰ ਦੇ ਬਾਦਲ, ਕੋਈ ਸੌਖੀ ਗੱਲ ਨੀ, ਆਪਾਂ ਚੋਣ ਲੜਨੀ ਹੈ, ਠੀਕ ਹੈ ਨਾ। ਸਨਕਦੀਪ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਦਾ ਸ਼ੁਰੂ ਤੋਂ ਹੀ ਰਵੱਈਆ ਖਰਾਬ ਰਿਹਾ ਹੈ, ਜਿਹੜਾ ਵੀ ਲੀਡਰ ਤਰੱਕੀ ਕਰਕੇ ਉਹਨਾਂ ਤੋਂ ਉੱਪਰ ਜਾਣਾ ਚਾਹੁੰਦਾ ਹੈ, ਉਹ ਉਸ ਦੇ ਖਿਲਾਫ ਸਾਜ਼ਿਸ਼ਾਂ ਰਚਣ ਲੱਗ ਪੈਂਦੇ ਹਨ ਅਤੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ। ਉਹਨਾਂ ਨੇ ਦੱਸਿਆ ਕਿ ਇਸ ਆਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਭਗਵੰਤ ਮਾਨ ਨੂੰ ਕਈ ਵਾਰ ਮੌਕਾ ਦਿੱਤਾ ਗਿਆ। ਉਹ ਆਦਮੀ ਜਿਸਨੇ ਇਲਜ਼ਾਮ ਲਗਾਇਆ ਥਾ, ਉਸਨੇ ਵੀ ਪੁਸ਼ਟੀ ਕਰ ਦਿੱਤੀ ਕਿ ਭਗਵੰਤ ਮਾਨ ਨੇ ਕਹਿ ਕੇ ਕਰਵਾਇਆ ਹੈ। ਆਜ ਇਹ ਚਾਲੇ ਚੱਲ ਰਹੇ ਹੈ ਭਗਵੰਤ ਮਾਨ ਸੁਖਪਾਲ ਸਿੰਘ ਖਹਿਰਾ ਕੇ ਖਿਲਾਫ, ਝੂਠੇ ਉਨਕੇ ਇਲਜ਼ਾਮ ਲਗਾ ਰਹੇ ਹੈ, ਜਿਨਕਾ ਕੋਈ ਲੈਣਾ ਦੇਣਾ ਨਹੀਂ ਹੈ, ਝੂਠੀ ਬਾਤ ਕਰ ਰਹੇ ਹੈ, ਇਸ ਲਈ ਵਾਇਰਲ ਕੀ ਹੈ ਆਡੀਓ, ਲੋਕੋਂ ਕੋ ਬਤਾਨੇ ਕੇ ਲੀਏ, ਆਮ ਆਦਮੀ ਪਾਰਟੀ ਕੇ ਵਲੰਟੀਅਰ ਕੋ ਬਤਾਨੇ ਕੇ ਲੀਏ ਕਿ ਇਨ ਚਾਲੋਂ ਸੇ ਬਚੋ। ਪਰ ਹੁਣ ਭਗਵੰਤ ਮਾਨ ਨੇ ਪ੍ਰੈਸ ਵਿੱਚ ਖਹਿਰਾ ਦੇ ਖਿਲਾਫ ਜੋ ਬੋਲਿਆ ਹੈ, ਉਸ ਤੋਂ ਬਾਅਦ ਇਹ ਆਡੀਓ ਜਾਰੀ ਕੀਤਾ ਗਿਆ ਹੈ।
ਸਾਡਾ 100% ਚਾਂਸ ਆ ਵੀ ਅਸੀਂ ਤੁਹਾਨੂੰ ਨਹੀਂ ਇੱਥੇ ਜਿਤਾਉਣਾ ਜੀ, ਤੁਹਾਨੂੰ ਕਿੱਥੇ ਮਰਜ਼ੀ ਟਿਕਟ ਮਿਲ ਜਾਏ ਤਕਬੀਰ ਦੇ ਬਰਾਬਰ। ਅਤੇ ਜੇ ਮੰਨ ਲਾ ਇਹ ਮਹਾਰਾਜ ਨਾ ਕਰੇ ਜੀ ਕੋਈ, ਫਿਰ ਫੂਲਕਾ ਐਮ ਸੀ ਬਣ ਸਿੱਧਾ ਬਣੂਗਾ ਸੀ ਐਮ ਜੀ? ਨਾ ਨਾ ਯਾਰ, ਭੈਣ ਦੀ ਗੱਲ ਕਰ ਲੈ ਕਈ ਵਾਰ ਉਹਨੂੰ ਬਾਈ ਜੀ। ਫਿਰ ਤੁਸੀਂ ਯਾਰ ਤੁਸੀਂ ਸੋਚਦੇ ਕਿਉਂ ਨੀ, ਤੁਸੀਂ ਇੱਕ ਵਾਰ ਸਟੈਂਡ ਲੈ ਲਓ, ਜਨਤਾ ਤੁਹਾਡੇ ਨਾਲ ਨਾ ਖੜੀ ਤਾਂ ਤੁਸੀਂ ਯਾਰ ਹੋਰ ਸਾਨੂੰ ਜਿਹੜਾ ਕੀ ਕਰਨਾ। ਬਿਊਰੋ ਰਿਪੋਰਟ, ਐਨਵੀ ਟੀਵੀ।